ਇੰਡੀਅਨ ਟਾਈਮਜ਼ ਰੀਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਆਮ ਆਦਮੀ ਪਾਰਟੀ ਨੇ ਸੀਐਮ ਅਮਰਿੰਦਰ ਸਿੰਘ ਉੱਤੇ ਆਰੋਪ ਲਗਾਇਆ ਹੈ ਕਿ ਉਹਨਾਂ ਨੂੰ ਪੰਜਾਬ ਦੇ ਜਰਜਰ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਪੋਲੀਟਾਈਜ਼ ਕੀਤਾ ਹੈ। ਉਹਨਾਂ ਨੇ ਹਿੰਦੂ ਸੰਘਰਸ਼ ਸੈਨਾ ਦੇ ਲੀਡਰ ਵਿਪਿਨ ਸ਼ਰਮਾ ਦੀ ਮੌਤ ਦੀ ਨਿੰਦਾ ਕੀਤੀ ਹੈ। ਪੀਐਮ ਨਰਿੰਦਰ ਮੋਦੀ ਨੇ ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੇਰਲਾ ਅਤੇ ਕਰਨਾਟਕਾ ਦੇ ਲੋਕਾਂ ਨੂੰ ਉਹਨਾਂ ਦੇ ਫਾਊਂਡੇਸ਼ਨ ਡੇ ਵਿੱਚ ਧੰਨਵਾਦ ਦਿੱਤਾ ਹੈ। ਉਹਨਾਂ ਨੇ ਹਰਿਆਣਾ ਨੂੰ ਕੋਂਗਰੈਚੁਲੇਟ ਕੀਤਾ ਜੋ ਕਿ ਉਹਨਾਂ ਦੇ ਅਨੁਸਾਰ ਬਹੁਤ ਤੇਜ਼ੀ ਤੋਂ ਡਿਵੈਲਪ ਕਰ ਰਿਹਾ ਹੈ। ਦਿੱਲੀ ਅਤੇ NCR ਦੇ ਏਅਰ ਕੁਆਲਿਟੀ ਵਿੱਚ ਭਾਰੀ ਗਿਰਾਵਟ ਹੋਈ ਹੈ। ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਪੋਲਿਊਸ਼ਨ ਲੇਵਲ ਨੂੰ ਸੀਵੀਅਰ ਕੈਟੇਗਰੀ ਵਿੱਚ ਪਾਇਆ ਗਿਆ ਹੈ। ਉਸਦਾ ਇੰਡੈਕਸ ਵੈਲਿਊ ਦੀਵਾਲੀ ਦੇ ਬਾਅਦ ਦੇ ਦਿਨ ਤੋਂ ਵੀ ਖਰਾਬ ਹੈ। ਹਰਿਆਣਾ ਸਰਕਾਰ ਦੁਆਰਾ ਇੱਕ ਤਿਉਹਾਰ ਦੇ ਮੌਕੇ ਉੱਤੇ ਸ਼ਿਕਸ਼ਾ ਨੂੰ ਧਾਰਮਿਕ ਫਰਜ਼ ਨਿਭਾਉਣ ਦੇ ਆਪਣੇ ਆਦੇਸ਼ ਦਾ ਬਚਾਅ ਕਰ ਰਹੀ ਹੈ। ਸ਼ਿਕਸ਼ਾ ਦੇ ਇੱਕ ਸਮੂਹ ਨੇ ਇੱਕ ਆਦੇਸ਼ ਦਾ ਵਿਰੋਧ ਕੀਤਾ ਅਤੇ ਸਰਕਾਰ ਉੱਤੇ ਹਿੰਦੂਤਵ ਏਜੰਡਾ ਚਲਾਉਣ ਦਾ ਆਰੋਪ ਲਗਾਇਆ। ਹਾਲਾਂਕਿ BJP ਦੇ ਪ੍ਰਵਕਤਾ ਨੇ ਕਿਹਾ ਹੈ ਕਿ ਇਹ ਵਾਕਿਆ ਜ਼ਿਲ੍ਹਾ ਪਰਿਸ਼ਦ ਸਤਰ ਉੱਤੇ ਹੋਇਆ ਹੈ। ਹਰਿਆਣਾ ਸਰਕਾਰ ਨੇ ਹਿੰਦੀ ਸੱਤਿਆਗ੍ਰਹੀਆਂ ਦੇ ਲਈ ਅਤੇ ਰਾਜ ਦੇ ਉਹਨਾਂ ਲੋਕਾਂ ਦੇ ਲਈ ਜੋ ਐਮਰਜੈਂਸੀ ਦੇ ਦੌਰਾਨ ਜੇਲ੍ਹ ਵਿੱਚ ਰਹੇ ਹਨ ਉਮਰ ਭਰ ਦੇ ਪੈਨਸ਼ਨ ਦੀ ਘੋਸ਼ਣਾ ਕੀਤੀ ਹੈ। ਸਰਕਾਰ ਨੇ ਦੂਜੇ ਵਿਸ਼ਵ ਯੁੱਧ ਦੇ ਸੈਨਿਕਾਂ ਅਤੇ ਉਹਨਾਂ ਦੀ ਵਿਧਵਾਵਾਂ ਦੇ ਦਿੱਤੇ ਜਾਣ ਵਾਲੇ ਮ੍ਰਿਤੀ ਅਨੁਦਾਨ ਵਿੱਚ ਵੀ ਵਿਰੋਧੀ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਸੀਨੀਅਰ SAT ਨੇਤਾ GS ਬਾਬੇ ਹਲੀ ਦੇ ਬੇਟੇ ਅਮਰਜੋਤ ਸਿੰਘ ਉੱਤੇ ਕੁਝ ਅਗਿਆਤ ਲੋਕਾਂ ਨੇ ਹਮਲਾ ਕੀਤਾ ਜਿਸ ਤੋਂ ਪੂਰੀ ਤਰ੍ਹਾਂ ਘਾਇਲ ਹੋ ਗਏ ਹਨ। ਇਸ ਜਾਨਲੇਵਾ ਹਮਲੇ ਵਿੱਚ ਉਹਨਾਂ ਦੇ ਦੋ ਸਿਕੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਕਿਹਾ ਹੈ ਕਿ 1984 ਵਿੱਚ ਸਿੱਖਾਂ ਦੀ ਹੱਤਿਆ ਵਿੱਚ ਲਿਪਤ ਅਪਰਾਧੀਆਂ ਨੂੰ ਜੋ ਛੂਟ ਮਿਲੀ ਹੋਈ ਹੈ ਉਹ ਫੌਰਨ ਖਤਮ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਧਿਕਾਰੀ ਇਹ ਸੁਨਿਸ਼ਚਿਤ ਕਰਨ ਕਿ ਜੋ ਵੀ ਇਸ ਦੇ ਲਈ ਜ਼ਿੰਮੇਦਾਰ ਹਨ ਚਾਹੇ ਉਹ ਕਿਸੇ ਵੀ ਪਦ ਉੱਤੇ ਹੋਵੇ ਉਸਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣਾ ਜਾਣਾ ਚਾਹੀਦਾ ਹੈ। ਪੰਜਾਬ ਅਤੇ ਹਰਿਆਣਾ ਸਰਕਾਰ ਨੇ ਆਪਣੇ ਰਾਜ ਵਿੱਚ ਆਵਾਰਾ ਕੁੱਤਿਆਂ ਤੋਂ ਕੱਟੇ ਜਾਣ ਉੱਤੇ ਪੀੜਿਤ ਨੂੰ ਮੁਆਵਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਹੋ ਜਿਹੇ ਪੀੜਿਤਾਂ ਦੇ ਮੁਆਵਜ਼ੇ ਦੇ ਲਈ ਫਿਰ ਤੋਂ ਹੋ ਰਹੀ ਇੱਕ ਸੁਣਵਾਈ ਦੇ ਦੌਰਾਨ ਦਿੱਤਾ ਗਿਆ। ਸੁਪਰੀਮ ਕੋਰਟ ਰਾਜਸਥਾਨ ਵਿੱਚ ਭਿਵੰਡੀ ਦੇ ਮੈਨੂਫੈਕਚਰਰਸ ਐਸੋਸੀਏਸ਼ਨ ਦੀ ਇੱਕ ਯਾਚਿਕਾ ਉੱਤੇ ਸੁਣਵਾਈ ਕਰੇਗੀ ਜਿਸ ਵਿੱਚ ਉਹਨਾਂ ਨੇ ਉਹਨਾਂ ਦੇ ਉਸ ਫੈਸਲੇ ਵਿੱਚ ਨਰਮੀ ਵਰਤਣ ਦੀ ਮੰਗ ਕੀਤੀ ਹੈ ਜਿਸ ਵਿੱਚ ਹਰਿਆਣਾ, UP ਅਤੇ ਰਾਜਸਥਾਨ ਦੇ NCR ਇਲਾਕੇ ਵਿੱਚ ਫਰਨਸ ਆਇਲ ਅਤੇ ਪੈਟ ਕੋਕ ਦੇ ਇਸਤੇਮਾਲ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਾਲੀਵੁੱਡ ਦੀ ਫਿਲਮ ਸ਼ੋਲੇ ਤੋਂ ਪ੍ਰਭਾਵਿਤ ਹੋ ਕੇ ਉਸਦੇ ਦੋ ਮੁੱਖ ਕਿਰਦਾਰਾਂ ਦੇ ਤਰਜ ਉੱਤੇ ਖੁਦ ਦਾ ਨਾਮ ਜੈ ਅਤੇ ਵੀਰੂ ਰੱਖਣ ਵਾਲੇ ਦੋ ਆਟੋ ਰਿਕਸ਼ਾ ਚੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਛੇਤੀ ਪੈਸਾ ਕਮਾਉਣ ਦੀ ਲਾਲਚ ਵਿੱਚ ਉਹ ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਚੋਰੀ ਕੀਤੇ ਗਏ ਵਾਹਨਾਂ ਨੂੰ ਭਾੜੇ ਉੱਤੇ ਦਿੰਦੇ ਸਨ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।